ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਮੌਸਮ ਦੀ ਜਾਣਕਾਰੀ ਅੱਜ ਰਾਤ ਦੀ 10 ਅਗਸਤ ਅੱਜ ਰਾਤ ਤੋਂ ਲੈ ਕੇ 11 ਅਗਸਤ ਦੀ ਸਵੇਰ ਤੱਕ ਦਾ ਮੌਸਮ ਕਿਵੇਂ ਰਹੇਗਾ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅੱਜ ਰਾਤ ਦੇ 10-12 ਘੰਟਿਆਂ ਦੇ ਵਿੱਚ ਪੰਜਾਬ ਦੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਬੱਦਲਵਾਈ ਮੀਂਹ ਜਾਂ ਗਰਜ ਚਮਕ ਹੋਣ ਦੇ ਅਸਾਰ ਨੇ ਸੋ ਸ਼ੁਰੂਆਤ ਕਰਦੇ ਆਂ ਅੱਜ ਸ਼ਾਮ 7 ਵਜੇ ਤੋਂ ਅੱਜ ਸ਼ਾਮ 7 ਵਜੇ ਤੋਂ ਪੰਜਾਬ ਦੇ ਸਭ ਤੋਂ ਪਹਿਲਾਂ ਜਿਹੜੇ ਇਲਾਕਿਆਂ ਵਿੱਚ ਮੀਂਹ ਪੈਣ ਦੇ आसार ਬਣਦੇ ਨੇ ਉਹ ਇਲਾਕੇ ਹਨ ਬਠਿੰਡੇ ਦੇ ਜਿਹੜੇ ਹਰਿਆਣੇ ਦੀ ਸਾਈਡ ਵੱਲ ਪੈ ਜਾਂਦੇ ਨੇ ਇਲਾਕੇ ਜਿਵੇਂ ਤਲਵੰਡੀ ਸਾਬੋ ਦੇ ਤੇ ਉਹਦੇ ਨਾਲ ਲੱਗਦੇ ਇਲਾਕੇ ਨੇ ਤਾਂ ਇਹਨਾਂ ਵਿੱਚ ਅੱਜ ਸ਼ਾਮ ਨੂੰ 7 ਤੋਂ 8 ਵਜੇ ਦਰਮਿਆਨ ਮੀਂਹ ਦੀਆਂ ਬੁਸ਼ਾਰਾ ਦੇਖਣ ਨੂੰ ਮਿਲ ਸਕਦੀਆਂ ਨੇ ਅਤੇ ਉਸ ਤੋਂ ਇਲਾਵਾ ਜਿਹੜੀ ਬੱਦਲਵਾਈ ਆਉਣ ਵਾਲੇ ਇਲਾਕਿਆਂ ਵਿੱਚ ਫਾਜ਼ਿਲਕਾ ਮੁਕਸਰ ਫਰੀਦਕੋਟ ਫਿਰੋਜ਼ਪੁਰ ਤਰਨਤਾਰ ਨਮਰਸਰ ਗੁਰਦਾਸਪੁਰ ਦੇ ਇਲਾਕਿਆਂ ਨੂੰ ਕਵਰ ਕਰ ਸਕਦੀ ਹੈ ਸੋ ਇਹਨਾਂ ਸਾਰੇ ਹੀ ਸਰਹੱਦੀ ਇਲਾਕਿਆਂ ਦੇ ਵਿੱਚ ਹੋ ਸਕਦਾ ਹੈ ਕਿ ਹਲਕੇ ਤੋਂ ਲੈ ਕੇ ਦਰਮਿਆਨੀਆਂ ਮੀਂਹੀਆਂ ਬੁਸ਼ਾਰਾ ਦੇਖਣ ਨੂੰ ਮਿਲ ਸਕਦੀਆਂ ਨੇ ਆਪਾਂ ਨੂੰ ਅੱਜ ਰਾਤ ਤੋਂ ਲੈ ਕੇ ਕੱਲ ਸਵੇਰ ਤੱਕ ਅਤੇ ਇਸ ਤੋਂ ਇਲਾਵਾ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਐਸਬੀਐਸ ਨਗਰ ਲੁਧਿਆਣਾ ਤੇ ਇਹਨਾਂ ਇਲਾਕਿਆਂ ਵਿੱਚ ਵੀ ਆਪਾਂ ਨੂੰ ਕੁਝ ਭਾਗਾਂ ਵਿੱਚ ਹਲਕੀ ਫੁਲਕੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਕੋਈ ਭਾਰੀ ਮੀਂਹ ਦੇ ਹਾਲਾਤ ਰਾਤ ਦੇ ਸਮੇਂ ਫਿਲਹ ਅਤੇ ਇਸ ਤੋਂ ਇਲਾਵਾ ਮੋਗਾ ਫਰੀਦਕੋਟ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਫਤੇਗੜ੍ਹ ਸਾਹਿਬ ਮੁਹਾਲੀ ਰੂਪਨਗਰ ਹੋ ਗਿਆ ਤੇ ਲੁਧਿਆਣੇ ਦੇ ਦੱਖਣੀ ਭਾਗ ਇਨ੍ਹਾਂ ਭਾਗਾਂ ਵਿੱਚ ਵੀ ਆਪਾਂ ਨੂੰ ਹਲਕੀ ਫੁਲਕੀ ਬਰਸਾਤ ਕੁਝ ਕੁ ਭਾਗਾਂ ਵਿੱਚ ਦੇਖਣ ਨੂੰ ਮਿਲੂਗੀ ਪਰ ਜ਼ਿਆਦਾ ਅਸਰਮੀਂ ਦੇ ਇਨ੍ਹਾਂ ਇਲਾਕਿਆਂ ਵਿੱਚ ਨਹੀਂ ਹੋਣਗੇ ਪਰ ਆਪਾਂ ਨੂੰ ਸਵੇਰ ਤੜਕਸਾਰ 11 ਜੁਲਾਈ ਦੀ 11 ਅਗਸਤ ਦੀ 11 ਅਗਸਤ ਦੇ ਸਵੇਰ ਤੜਕੇ ਸਮੇਂ ਹੋ ਸਕਦਾ ਹੈ ਕਿ ਪੰਜਾਬ ਦੇ ਕਈ ਭਾਗਾਂ ਵਿੱਚ ਮੱਧ ਪੰਜਾਬ ਤੇ ਉਹਦੇ ਵਿੱਚ ਮੱਝਾ ਤੇ ਦੁਆਬਾ ਖੇਤਰ ਦੇ ਨਾਲ ਆਪਣਾ ਪੱਛਮੀ ਮਾਲਵੇ ਇਲਾਕੇ ਨੇ ਜਿਹੜੇ ਉਹਨਾਂ ਵਿੱਚ ਆਪਾਂ ਨੂੰ ਕੁਝ ਭਾਗਾਂ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਸਵੇਰ ਦੇ ਸਮੇਂ ਦੇਖਣ ਨੂੰ ਮਿਲ ਸਕਦੀ ਹੈ ਪਰ ਰਾਤ ਦੇ ਸਮੇਂ ਕੋਈ ਜ਼ਿਆਦਾ ਭਾਰੀ ਮੀਂਹ ਦੇ ਹਾਲਾਤ ਨੇ ਫਿਲਹਾਲ ਨਜ਼ਰ ਨਹੀਂ ਆ ਰਹੇ ਸੋ ਇਹ ਸੀ ਅੱਜ ਰਾਤ ਦੀ ਮੌਸਮ ਦੀ ਜਾਣਕਾਰੀ ਬਾਕੀ ਅਗਲੀ ਸਵੇਰ ਦੀ ਜੋ ਅਪਡੇਟ ਹੋਵੇਗੀ ਉਹ ਕੱਲ ਸਵੇਰੇ ਜਾਣਕਾਰੀ ਸਮੇਤ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਜਾਵਾਂਗੇ ਸੋ ਲਗਾਤਾਰ ਮੌਸਮੀ ਬੜੀ ਧੀਲੀ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ ਧੰਨਵਾਦ ਜੀ